ਸਤਿ ਸ਼੍ਰੀ ਅਕਾਲ ਵੈਲਕਮ ਟੂ ਗਲੋਬਲ ਟ੍ਰੀਵੋ ਮੈਂ ਜਗਿੰਦਰ ਸਿੰਘ ਅਤੇ ਸ਼ੈਨਗਨ ਦੇ ਵਿੱਚ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲੈਣਾ ਕਿਉਂਕਿ ਤੁਹਾਨੂੰ ਵਿੰਟਰ ਆਇਆ ਹੋਇਆ ਵਿੰਟਰ ਦੇ ਵਿੱਚ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਕਿ ਕਿਹੜੀ ਕੰਟਰੀ ਦੇ ਵਿੱਚ ਇਸ ਟਾਈਮ ਵੀਜ਼ਾ ਅਪਲਾਈ ਕੀਤਾ ਜਾਏ ਜਿਵੇਂ ਕਿ ਆਪਾਂ ਇੱਕ ਲਾਸਟ ਵੀਡੀਓ ਕਾਫੀ ਦਿਨ ਪਹਿਲਾਂ ਬਣਾਈ ਸੀਗੀ ਕਿ ਨੀਦਰਲੈਂਡ ਇੱਕ ਵਧੀਆ ਆਪਸ਼ਨ ਹੈ ਉਹਦੇ ਨਾਲ ਕੁਛ ਹੋਰ ਵੀ ਵਧੀਆ ਆਪਸ਼ਨ ਹੁਣ ਨਾਲ ਐਡ ਹੋਏ ਨੇ ਨੀਦਰਲੈਂਡ ਦੇ ਨਾਲ ਹੋਰ ਵੀ ਕੁਛ ਵਧੀਆ ਆਪਸ਼ਨ ਐਡ ਹੋਏ ਨੇ ਹੁਣ ਜੇ ਹੁਣ ਤੁਸੀਂ ਨਾਲ ਫਰਾਂਸ ਨੂੰ ਵੀ ਲਿਸਟ ਵਿੱਚ ਰੱਖ ਸਕਦੇ ਹੋ ਫਰਾਂਸ ਦਾ ਇੱਕ ਵਧੀਆ ਵੀਜ਼ਾ ਸਕਸੈਸ ਰੇਟ ਹੈਗਾ ਇਸ ਟਾਈਮ ਦੈਨ ਨਾਲ ਇਸਟੋਨੀਆ ਨੂੰ ਵੀ ਤੁਸੀਂ ਐਡ ਕਰ ਸਕਦੇ ਹੋ ਇਸਟੋਨੀਆ ਦੀ ਅਪਾਇੰਟਮੈਂਟ ਵੀ ਅਵੇਲੇਬਲ ਹੈਗੀਆਂ ਨੇ ਫਰਾਂਸ ਦੀ ਵੀ ਵਿੱਚ ਵਿੱਚ ਅਪਾਇੰਟਮੈਂਟਸ ਆ ਰਹੀਆਂ ਨੇ ਅਤੇ ਸਪੇਨ ਦੀਆਂ ਜਿਹੜੀਆਂ ਅਪਾਇੰਟਮੈਂਟਸ ਥੋੜ੍ਹੀਆਂ ਮਿਲਣੀਆਂ ਮੁਸ਼ਕਿਲ ਨੇ ਬਟ ਜੇ ਸਪੇਨ ਦਾ ਤੁਸੀਂ ਟਰੈਵਲ ਪਲਾਨ ਕਰ ਰਹੇ ਹੋ ਆਉਣ ਵਾਲੇ ਟਾਈਮ 'ਚ ਜੇ ਕੋਲਕਾਤਾ ਦੇ ਵਿੱਚ ਜਾ ਕੇ ਤੁਸੀਂ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ ਕਿਉਂਕਿ ਹਰਿਆਣਾ ਪਾਸਪੋਰਟ ਨੂੰ ਪਰਮਿਸ਼ਨ ਹੈਗੀ ਹੈ ਜੇ ਉਹ ਕੋਲਕਾਤਾ 'ਚ ਫਾਈਲ ਸਬਮਿਟ ਕਰਨਾ ਚਾਹੁਣ ਸਿਰਫ ਸਪੇਨ ਦੇ ਵਿੱਚ ਦੈਨ ਤੁਸੀਂ ਸਪੇਨ ਨੂੰ ਵੀ ਆਪਣੀ ਲਿਸਟ 'ਚ ਰੱਖ ਸਕਦੇ ਹੋ ਕਿਉਂਕਿ ਸਪੇਨ 'ਚ ਜੇ ਕਿਉਂਕਿ ਸਪੇਨ ਦਾ ਸਕਸੈਸ ਰੇਟ ਇਸ ਟਾਈਮ ਬਹੁਤ ਵਧੀਆ ਹੈ ਨਾਲ ਇਸਟੋਨੀਆ ਦਾ ਵੀ ਵਧੀਆ ਹੈਗਾ ਅਤੇ ਨਾਲ ਫਰਾਂਸ ਦਾ ਵੀ ਵਧੀਆ ਨੀਦਰਲੈਂਡ ਦਾ ਵੀ ਵੀਜ਼ਾ ਸਕਸੈਸ ਰੇਟ ਤੁਹਾਨੂੰ ਜਿਹੜਾ ਉਹ ਵਧੀਆ ਵੇਖਣ ਨੂੰ ਮਿਲੇਗਾ ਇਹ ਚਾਰ ਆਪਸ਼ਨ ਅੱਜ ਦੀ ਰੇਟ 'ਚ ਹੈਗੇ ਨੇ ਜੇ ਤੁਸੀਂ ਪਲਾਨ ਕਰ ਰਹੇ ਹੋ ਸ਼ੈਨਗਨ ਵੀਜ਼ਾ ਅਪਲਾਈ ਕਰਨ ਦਾ ਅਤੇ ਇਸ ਨਾਲ ਕੰਟਰੀਜ਼ ਦੇ ਵਿੱਚ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਕੁਝ ਗੱਲਾਂ ਦਾ ਧਿਆਨ ਰੱਖੋ ਕਿ ਜਦੋਂ ਆਪਾਂ ਸ਼ੈਨਗਨ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਸ਼ੈਨਗਨ ਦੇ ਵਿੱਚ ਇੱਕ ਗੱਲ ਹੁੰਦੀ ਹੈ ਇੱਥੇ ਤੁਹਾਡਾ ਟਰੈਵਲ ਪਲਾਨ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਤੁਹਾਡੀ ਟਰੈਵਲ ਆਈਟਨਰੀ ਅਤੇ ਕਵਰ ਲੈਟਰ ਇਹ ਮਾਇਨੇ ਰੱਖਦਾ ਬਟ ਇੱਕ ਚੀਜ਼ ਹੋਰ ਧਿਆਨ ਰੱਖੋ ਕਿ ਵੀਜ਼ਾ ਜੋ ਹੈ ਉਹ ਡਿਪੈਂਡ ਕਰਦਾ ਟੋਟਲੀ ਤੁਹਾਡੀ ਪ੍ਰੋਫਾਈਲ 'ਤੇ ਕਵਰ ਲੈਟਰ ਅਤੇ ਜਿਹੜੀ ਟਰੈਵਲ ਆਈਟਨਰੀ ਹੈ ਸਿਰਫ ਤੁਹਾਡੇ ਇੱਕ ਪਲਾਨ ਨੂੰ ਜਸਟੀਫਾਈ ਕਰਦੀ ਹੈ ਇਸ ਤੋਂ ਇਲਾਵਾ ਇਹ ਤੁਹਾਡੇ ਵੀਜ਼ਾ ਵਿੱਚ ਬਹੁਤ ਜ਼ਿਆਦਾ ਹੈਲਪ ਨਹੀਂ ਕਰਦੀ ਐਵੇਂ ਨਹੀਂ ਹੁੰਦਾ ਕਿ ਤੁਹਾਡੀ ਆਈਟਨਰੀ ਬਹੁਤ ਵਧੀਆ ਬਣ ਗਈ ਅਤੇ ਤੁਹਾਨੂੰ ਵੀਜ਼ਾ ਜਿਹੜੀ ਸਕਸੈਸ ਰੇਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਜੇ ਐਵੇਂ ਕੁਛ ਨਹੀਂ ਹੁੰਦਾ ਵੀਜ਼ਾ ਜੋ ਮਿਲਣਾ ਉਹ ਤੁਹਾਡੀ ਪ੍ਰੋਫਾਈਲ ਨੂੰ ਮਿਲਣਾ ਤੁਸੀਂ ਕਰਦੇ ਕੀ ਹੋ ਤੁਹਾਡੀ ਇਨਕਮ ਕਿੰਨੀ ਹੈ ਤੁਹਾਡੀ ਟਰੈਵਲ ਤੁਹਾਡੀ ITR ਕਿੰਨੀ ਭਰੀ ਹੋਈ ਹੈ ਨਾਲ ਤੁਹਾਡੀ ਜੋ ਮੰਥਲੀ ਇਨਕਮ ਕਿੰਨੀ ਆ ਰਹੀ ਹੈ ਈਅਰਲੀ ਤੁਸੀਂ ਕਿੰਨੀ ITR ਭਰ ਰਹੇ ਹੋ ਅਤੇ ਜੋ ਤੁਹਾਡੇ ਕੋਲ ਇਨਕਮ ਆ ਰਹੀ ਉਹਦੇ ਪਰੂਫ ਹੈਗੇ ਨੇ ਕਿੰਨੀ ਹੈਗੇ ਜੇ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੁੰਦੇ ਨੇ ਜੇ ਸਾਰੇ ਪਰੂਫ ਤੁਹਾਡੇ ਕੋਲ ਹੁੰਦੇ ਨੇ ਦੈਨ ਤੁਹਾਡੇ ਵੀਜ਼ਾ ਦੇ ਜਿਹੜੇ ਚਾਂਸ ਨੇ ਆਟੋਮੈਟਿਕ ਜੋ ਹੈ ਵਧੀਆ ਹੋ ਜਾਂਦੇ ਨੇ ਇਸ ਕਰਕੇ ਜੇ ਤੁਸੀਂ ਪਲਾਨ ਕਰ ਰਹੇ ਹੋ ਸ਼ੈਨਗਨ ਟਰੈਵਲ ਕਰਨ ਦਾ ਵਿੰਟਰ ਦੇ ਵਿੱਚ ਦੈਨ ਜੇ ਤੁਹਾਡਾ ਪਲਾਨ ਹੈ ਦਸੰਬਰ ਅਤੇ ਜਨਵਰੀ ਦੇ ਵਿੱਚ ਫਿਰ ਤੁਹਾਡੇ ਲਈ ਬੈਸਟ ਆਪਸ਼ਨ ਜੋ ਇਸ ਟਾਈਮ ਹੈਗੇ ਨੇ ਉਹ ਫਰਾਂਸ ਨੀਦਰਲੈਂਡ ਸਪੇਨ ਅਤੇ ਇਸਟੋਨੀਆ ਇਸ ਟਾਈਮ ਬਹੁਤ ਵਧੀਆ ਆਪਸ਼ਨ ਹੈ ਇਸ ਤੋਂ ਇਲਾਵਾ ਚੈੱਕ ਰਿਪਬਲਿਕ 'ਚ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ ਚੈੱਕ ਰਿਪਬਲਿਕ ਦੀ ਵੀ ਵੀਜ਼ਾ ਸਕਸੈਸ ਰੇਟ ਜੋ ਹੈ ਉਹ ਥੋੜ੍ਹੀ ਵਧੀਆ ਰਹਿੰਦੀ ਹੈ ਬਟ ਕੁਛ ਅਪਾਇੰਟਮੈਂਟਸ ਪ੍ਰੋਬਲਮ ਕੁਛ ਕੰਟਰੀਜ਼ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਬਟ ਇਹਨਾਂ 'ਚੋਂ ਕਿਸੇ ਵੀ ਕੰਟਰੀ ਤੁਹਾਨੂੰ ਜੇ ਅਪਾਇੰਟਮੈਂਟ ਮਿਲ ਰਹੀ ਹੈ ਤੁਸੀਂ ਆਪਣਾ ਵੀਜ਼ਾ ਇਹਨਾਂ ਕੰਟਰੀਜ਼ ਤੁਸੀਂ ਅਪਲਾਈ ਕਰ ਸਕਦੇ ਹੋ ਸਪੇਨ ਦੀ ਅਪਾਇੰਟਮੈਂਟ ਜੇ ਤੁਹਾਨੂੰ ਦਿੱਲੀ ਦੀ ਨਹੀਂ ਮਿਲ ਰਹੀ ਤਾਂ ਕੋਲਕਾਤਾ ਨੂੰ ਚੂਜ਼ ਕਰ ਸਕਦੇ ਹੋ ਕੋਲਕਾਤਾ ਦੇ ਵਿੱਚ ਪਰਮਿਸ਼ਨ ਹੈਗੀ ਹੈ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਓਨਲੀ ਸਪੇਨ 'ਚ ਐਵੇਂ ਹੈਗਾ ਕਿ ਤੁਸੀਂ ਕੋਲਕਾਤਾ 'ਚ ਫਾਈਲ ਸਬਮਿਟ ਕਰ ਸਕਦੇ ਹੋ ਜੇ ਤੁਹਾਡਾ ਪਾਸਪੋਰਟ ਹਰਿਆਣਾ ਜਾਂ ਪੰਜਾਬ ਤੋਂ ਹੈ ਇਹ ਚੀਜ਼ ਦੇਖਦੇ ਹੋਏ ਤੁਸੀਂ ਆਪਣਾ ਵੀਜ਼ਾ ਐਪਲੀਕੇਸ਼ਨ ਜੋ ਹੈ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਅਪਲਾਈ ਕਰਨਾ ਚਾਹੋ ਸਾਡੀ ਟੀਮ ਦੇ ਥਰੂ ਤਾਂ ਸਾਡੇ ਨਾਲ ਕੋਂਟੈਕਟ ਸਾਡੇ ਦਿੱਤੇ ਗਏ ਨੰਬਰ 'ਤੇ ਕਰਕੇ ਆਪਣਾ ਵੀਜ਼ਾ ਅਪਲਾਈ ਕਰਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਮਿਲਦੇ ਹਾਂ ਫਿਰ ਆਪਾਂ ਇੱਕ ਨੈਕਸਟ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ